ਸਤਨਾਮ ਵਾਹਿਗੁਰੂ ਸਾਹਿਬ ਜੀਉ ਰਾਮ ਕਲੀ ਮਹਲਾ 5 ਜਿਸ ਕੀ ਤਿਸ ਕੀ ਕਰਮਾਂ ਆਪਨ ਲਾਹੇ ਗੁਮਾਨ ਜਿਸ ਕੀ ਤਿਸ ਕੀ ਕਰਮਾਨ ਆਪਨ ਲਾਹੇ ਗੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਏ ਤਿਸਹਿ ਆਰਾਧ ਸਦਾ ਸੁਖ ਹੋਏ ਕਾਹੇ ਬ੍ਰह्म ਬ੍ਰਮੈ ਬਿਗਾਨੇ ਨਾਮ ਬਿਨਾ ਕਿਛ ਕਾਮ ਨ ਆਵੈ ਮੇਰਾ ਮੇਰਾ ਕਰ ਬਹੁਤ ਪਛੁਤਾਨੇ ਰਹਾ ਜੋ ਜੋ ਕਰੈ ਸੋਈ ਮਾਨ ਲੇ ਬਿਨ ਮਾਨੇ ਰਲ ਹੋ ਮਹਿਖੇ ਿਸ ਕਾ ਪਹਣਾ ਲਾਗੇ ਮੀਠਾ ਗੁਰਪ੍ਰਸਾਦ ਵਿਰਲੇ ਮਨ ਉਠਾ ਵੇ ਪਰਵਾਹ ਅਗੋਚਰ ਆਪ ਆਠ ਪਹਿਰ ਮਨਤਾ ਕੋ ਜਾਪ ਜਿਸ ਚਿਤ ਆਏ ਬਿਨ ਸਹਨ ਦੁਖਾ ਹਲਤ ਪਲਤ ਤੇਰਾ ਊਜਲ ਮੁਖਾ ਕੌਣ ਕੌਣ ਉਧਰੇ ਗੁਣ ਗਾਏ ਗਨਣ ਨਾ ਜਾਈ ਕੀਮ ਨਾ ਪਾਏ ਬੂਢਤ ਲੋਹ ਸਾਧ ਸੰਗ ਤਰੈ ਨਾਨਕ ਜਿਸੈ ਪ੍ਰਾਪਤ ਕਰੈ ਕੌਨ ਕੌਨ ਉਧਰੇ ਗੁਨ ਗਾਏ ਗਨਣ ਨਾ ਜਾਈ ਕੀਮ ਨਾ ਪਾਏ ਬੂਢਤ ਲੋਹ ਸਾਧ ਸੰਗ ਤਰੈ ਨਾਨਕ ਜਿਸ ਹੈ ਪ੍ਰਾਪਤ ਕਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਗੋ ਜੁਗ ਅਟਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸ਼ਾਮ ਸਮੇਂ ਸਤਸੰਗਤ ਦਾ ਸਮਾਂ ਸੀ ਮਾਣ ਪਾ ਰਹੇ ਹਾਂ ਗੁਰੂ ਹਜ਼ੂਰੀ ਨੂੰ ਮਾਣਦੇ ਹਾਂ ਗੁਰਬਾਣੀ ਕੀਰਤਨ ਹੋ ਰਿਹਾ ਸੀ ਹੁਣ ਸਮਾਂ ਬਣਿਆ ਗੁਰ ਸ਼ਬਦ ਵਿਆਖਿਆ ਦਾ राग रामकली ਦਾ ਉਪਦੇਸ਼ ਸਾਨੂੰ ਪ੍ਰਾਪਤ ਹੈ ਗੁਰੂ ਅਰਜਨ ਸਾਹਿਬ ਪੰਚਮ ਨਾਨਕ ਇਹਨਾਂ ਬਚਨਾਂ ਨੂੰ ਉਚਰਿਤ ਕਰ ਰਹੇ ਨੇ ਬਚਨ ਬੀਤੇ ਕੱਲ ਪ੍ਰారంਭ ਕੀਤਾ ਸੀ ਰਹਾਉ ਦੇ ਬੰਦੀ ਵਿਆਖਿਆ ਹੋਈ ਰੈਸਟ ਆਫ ਹੋਲ ਸ਼ਬਦ ਯੂ ਸਟਿਲ ਹੈਵ ਟੂ ਐਕਸਪਲੇਨ অর ਅੰਡਰਸਟੈਂਡ ਵਿਚਾਰ ਦਾ ਆਗਾਜ਼ ਡੈਫੀਨਟਲੀ ਮੇਨ ਮੈਸੇਜ ਤੋਂ ਰਹਾਉ ਦੇ ਬੰਦ ਤੋਂ ਹੀ ਕਰ ਰਹੇ ਹਾਂ ਗੁਰਦੇਵ ਜ਼ਿਕਰ ਕਰਦੇ ਨੇ ਕਾਹੇ ਪ੍ਰਮ ਪਰਮਹਿ ਬਿਗਾਨੇ ਨਾਮ ਬਿਨਾ ਕਿਛ ਕਾਮਨਾ ਆਵੇ ਮੇਰਾ ਮੇਰਾ ਕਰ ਬਹੁਤ ਪੁਛਤਾਨੇ ਕਾਹੇ ਪ੍ਰਮ ਪਰਮਹਿ ਬਿਗਾਨੇ ਪਟਕੇ ਹੋਏ ਮਨ ਦੀ ਦਸ਼ਾ ਜੋ ਅਸਲ ਰੂਪ ਆ ਸਾਡਾ ਜਿਹਦੇ ਨਾਲ ਸਾਡੀ ਸਾਂਝ ਬਣਨੀ ਚਾਹੀਦੀ ਹੈ ਉਦੇ ਨਾਲ ਬੇਗਾਨਗੀ ਜਿਹੜੀ ਸਾਡੀ ਆਪਣਤ ਵਿੱਚ ਨਹੀਂ ਆ ਸਕਦੀ ਚੀਜ਼ ਉਹਦੇ ਨਾਲ ਪਕੜ ਇਹ ਬੜੀ ਵਾਸਟ ਆਈਡੀਅਲ ਥਾਟ ਦੀ ਗੱਲ ਵੀ ਹੈ ਪਰ ਪ੍ਰੈਕਟੀਕਲੀ ਜੀਵਨ ਨੂੰ ਪੀਸਫੁਲ ਕਰਨ ਵਾਸਤੇ ਹਲਕਿਆਂ ਕਰਨ ਵਾਸਤੇ ਖੁਸ਼누ਮਾ ਅਹਿਸਾਸ ਜਾਨ ਵਾਸਤੇ ਇਹੀ ਇੱਕ ਜ਼ਰੀਆ ਹੈ ਸਾਡੇ ਲਈ ਅਦਰਵਾਈਜ਼ ਮਨੁੱਖੀ ਮਨ ਹਰ ਚੀਜ਼ ਤੇ ਕਬਜ਼ਾ ਕਰਨਾ ਪਕੜ ਕਰਨੀ ਉਸ ਨੂੰ ਕੰਟਰੋਲ ਕਰਨਾ ਇਹ ਚਾਹੁੰਦਾ ਤੇ ਸਚਾਈ ਇਹ ਹੈ ਕੁਝ ਵੀ ਮੇਰੀ ਪਕੜ ਚ ਨਹੀਂ ਆਉਂਦਾ ਮਤਲਬ ਹੋਰ ਤੇ ਗੱਲਾਂ ਛੱਡੀਏ ਤੁਸੀਂ ਕੋਈ ਸਕੇਜੂਲ ਹੀ ਬਿਲਡ ਕਰ ਲਓ ਆਪਣਾ ਫੇ ਸਵੇਰ ਤੋਂ ਸ਼ਾਮ ਤੱਕ ਇਹ ਹੋਣਾ ਉਹੀ ਨਹੀਂ ਹੋ ਪਾਉਂਦਾ ਜੀ ਐਗਜ਼ੈਕਟਲੀ ਉਸੇ ਤਰੀਕੇ ਨਾਲ ਜਿਵੇਂ ਪਲਾਨ ਕੀਤਾ ਉਸ ਤਰੀਕੇ ਸਭ ਕੁਝ ਹੁੰਦਾ ਹੋਇਆ ਵੇਖਣ ਦੀ ਬੰਦੇ ਦੀ ਬੜੀ ਗਹਿਰੀ ਖਾਹਸ਼ ਹੋਏ ਨਾ ਹੋਏ ਤੇ ਫਿਰ ਕੀ ਹੋਏਗਾ ਫਰਸਟ੍ਰੇਸ਼ਨ ਜੋ ਚੀਜ਼ ਨਹੀਂ ਪਤਾ ਲੱਗਾ ਇਥੇ ਮੇਰੇ ਕੰਟਰੋਲ ਤੋਂ ਦੂਰ ਜਾ ਰਹੀ ਹੈ ਗੁਰੂ ਬਾਬਾ ਜੀ ਕਹਿੰਦੇ ਤੂੰ ਜਿਹਦੇ ਨਾਲ ਬੇਗਾਨਗੀ ਬਣਾ ਕੇ ਬੈਠਾ ਰੱਬ ਦਾ ਨਾਮ ਹੈ ਉਹਦੇ ਨਾਲ ਸਾਂਝ ਪਾ ਉਹ ਤੈਨੂੰ ਰਜ਼ਾ ਵਿੱਚ ਰਹਿਣਾ ਦੱਸੇਗਾ ਤੂੰ ਭਟਕੇਗਾ ਨਹੀਂ ਪਰਵੇਂਗਾ ਨਹੀਂ ਫਿਰ ਦੇ ਨਾਲ ਸੰਸਾਰ ਦੀ ਪਕੜ ਜਿਹੜੀ ਹੈ ਉਸ ਲੈਵਲ ਦੀ ਨਾ ਰਹੇਗੀ ਜਿਵੇਂ ਹੋਣੀ ਹੈ ਇਦੇ ਵਿੱਚ ਫਿਰ ਇੱਕ ਡਿਟੈਚਮੈਂਟ ਵਾਲੀ ਸਮਝ ਆ ਜਾਏਗੀ ਇਹ ਸਾਰਾ ਸ਼ਬਦ ਦੀ ਵਿਆਖਿਆ ਚ ਬੀਤੇ ਕੱਲ ਸੇ ਥੋੜੀ ਬਾਤ ਕੀਤੀ ਸੀ ਦੇਤੇ ਕਾਹੇ ਪਰਮ ਪਰਮੈ ਬੇਗਾਨੇ ਨਾਮ ਬਿਨਾ ਕਿਛ ਕਾਮ ਨਾ ਆਵੇ ਇਸ ਸੁਹਜ ਦੇ ਅੰਦਰ ਨਾਮ ਤੋਂ ਬਿਨਾ ਕੁਝ ਹੋਰ ਕੰਮ ਆਉਣ ਵਾਲਾ ਨਹੀਂਗਾ ਨਾਲ ਕਿਆ ਮੇਰਾ ਮੇਰਾ ਕਰ ਬਹੁਤ ਪੁੱਛਤਾਨ ਨੇ ਜਿਸਨੇ ਬੜਾ ਕਿਆ ਆ ਮੇਰਾ ਆ ਮੇਰਾ ਆ ਮੇਰਾ ਮਹਾਰਾਜ ਕਹਿੰਦੇ ਅਖੀਰ ਪਛਤਾ ਕੇ ਗਿਆ ਪਤਾ ਲੱਗਾ ਮੇਰਾ ਤੇ ਕੁਝ ਵੀ ਨਹੀਂ ਮੈਂ ਤੇ ਆਪਣੇ ਆਪ ਵਿੱਚ ਕੁਝ ਨਹੀਂ ਮੈਂ ਕਿਸੇ ਨੂੰ ਆਪਣੀ ਮੇਹਰ ਵਿੱਚ ਕਿਵੇਂ ਬਨਾਂਗਾ ਰਹਾਉ ਦਾ ਬੰਦਾ ਕਿਉਂਕਿ ਦੂਜੇ ਸਾਰੇ ਸ਼ਬਦ ਚ ਵਿਆਖਿਆ ਪਹਿਲੇ ਪਦੇ ਤੇ ਜਾ ਰਹੇ ਹਨ ਜਿਸ ਕੀ ਤਿਸ ਕੀ ਕਰਮਾਨ ਜੋ ਜਿਹੜੀ ਚੀਜ਼ ਜਿਹਦੇ ਤੋਂ ਬਿਲੋਂਗ ਕਰਦੀ ਹੈ ਉਸੇ ਚੀਜ਼ ਨੂੰ ਐਕਸੈਪਟ ਕਰਕੇ ਉਹਦੀ ਸਮਝ ਕੇ ਹੀ ਚੱਲਣਾ ਇਹ ਬਾਤ ਕੀਤੀ ਗਈ ਇਦੇ ਚ ਗੁਰੂ ਮਹਾਰਾਜ ਜੀ ਦੇ ਬੜੇ ਉਪਦੇਸ਼ ਨੇ ਆਪਾਂ ਜਪਜੀ ਸਾਹਿਬੀ ਪੜ੍ਹਦੇ ਆਂ ਮਹਾਰਾਜ ਬਿਆਨ ਕਰਦੇ ਜਿਵੇਂ ਅਸੰਖ ਦੀਆਂ ਪੌੜੀਆਂ ਚ ਗੁਰੂ ਨਾਨਕ ਸਾਹਿਬ ਕਹਿੰਦੇ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਰ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਇਹ ਸਾਡੇ ਆਲੇ ਦੁਆਲੇ ਦੀ ਸਾਰੇ ਦੀ ਐਕਸਪਲੇਨੇਸ਼ਨ ਨੇ ਜਿਹੜਾ ਬਚਨ ਸ਼ੁਰੂ ਹੋਇਆ ਅਸੰਖ ਚੋਰ ਹਰਾਮ ਖੋਰ ਇਹਦੀ ਵਿਆਖਿਆ ਕੀਤੀ ਬੜੇ ਦਾਨਸ਼ਮੰਦ ਪੰਜਾਬੀ ਦੇ ਗੁਰਬਾਣੀ ਦੀ ਕੁਝ ਵਿਆਖਿਆਨ ਦੇ ਵਿੱਚ ਲਿਖਣ ਲਿਖਣ ਵਾਲੇ ਸੱਜਣ ਨੇ ਉਹਨਾਂ ਨੇ ਕਿਹਾ ਮਿਸਾਲੀ ਤੌਰ ਤੇ ਨੇ ਇੱਕ ਐਗਜ਼ਾਮਪਲ ਕੀਤੀ ਐਗਜ਼ਾਮਪਲ ਹੀ ਕੀਤੀ ਕਿ ਵੀਂਡਰਲੀ ਮਾਰਨਿੰਗ ਟ੍ਰੇਨ ਪਕੜਨੀ ਹੈ ਤੇ ਮੈਂ ਲੁਧਿਆਣੇ ਜੋ ਪਲੇਟਫਾਰਮ ਆ ਰੇਲਵੇ ਸਟੇਸ਼ਨ ਉੱਥੇ ਗਿਆ ਆ ਬਹੁਤ ਜ਼ਿਆਦਾ ਭੀੜ ਨਹੀਂ ਹੈਗੀ ਅਕਸਰ ਤੇ ਬਹੁਤ ਭੀੜ ਹੁੰਦੀ ਇੱਕ ਪ੍ਰਵਾਸੀ ਮਜ਼ਦੂਰ ਯੂਪੀ ਬਿਹਾਰ ਤੋਂ ਜੋ ਮਜ਼ਦੂਰੀ ਕਰਨ ਲਈ ਲੋਕ ਆਉਂਦੇ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਆ ਉਹਦੇ ਹੱਥ 'ਚ ਇੱਕ ਵੱਡਾ ਸਾਰਾ ਸੂਟਕਿਸ ਫੜਿਆ ਹੈ ਤੇ ਉਹ ਬੜਿਆ ਆ ਕਹਿ ਲੋ ਕਿ ਕਬਰਾਇਆ ਹੋਇਆ ਤੇ ਥੋੜਾ ਜਿਹਾ ਫਿਕਰਮੰਦ ਡਰਿਆ ਹੋਇਆ ਉਸ ਸਟੇਸ਼ਨ ਤੇ ਕਦੀ ਇੱਧਰ ਨੂੰ ਜਾ ਰਿਹਾ ਕਦੀ ਇੱਧਰ ਨੂੰ ਬੈਕ ਐਂਡ ਫੋਰਥ ਵਾਕ ਕਰ ਰਿਹਾ ਖਰਜੂਦ ਦੇਖਿਆ ਥੋੜਾ ਸਸਪੀਸ਼ੀਅਸ ਲੱਗਾ ਮਤਲਬ ਆਮ ਸਵਾਰੀਆਂ ਨੂੰ ਵੇਖਣ ਚ ਲੱਗਾ ਉੱਥੇ ਹੀ ਪੁਲਿਸ ਕੁਝ ਉਹਨਾਂ ਦੀ ਡਿਊਟੀ ਹੈ ਪੁਲਿਸ ਕਾਂਸਟੇਬਲਸ ਦੀ ਉਹਨਾਂ ਨੇ ਉਸ ਆਵਾਜ਼ ਦੇ ਕੇ ਕੋਲ ਬੁਲਾਇਆ ਰੋਕਿਆ ਕੁਝ ਪੁੱਛ ਪੜਤਾਲ ਕੀਤੀ ਕਿਸੇ ਕਿਸਮ ਦੀ ਤਾਂ ਹੀ ਉਹਨਾਂ ਦਾ ਸੂਟ ਕਿਸ ਖਲਾ ਲਿਆ ਸੂਟ ਕਿਸ ਖਲਾਇਆ ਤੇ ਉਹਦੇ ਚ ਉਹ ਜ਼ਮਾਨੇ ਚ ਬਹੁਤ ਸਾਰੇ ਜਿਹੜੇ ਵਾਕਮੈਨਸ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਟੇਪ ਪਲੇ ਕਰਨ ਵਾਲੇ ਛੋਟੇ ਛੋਟੇ ਉਹ ਟੇਪ ਪਲੇਅਰਸ ਕੁਝ ਕੜੀਆਂ ਕੁਝ ਇਸ ਤਰੀ ਸਮ ਦਾ ਸਮਾਨ ਉਹਦੇ ਉਹਦੀ ਅਟੈਚੀ ਦੇ ਵਿੱਚ ਤੇ ਉਹ ਖਰ ਥੋੜਾ ਜਿਆਦਾ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਾ ਇਹ ਚੋਰੀ ਕਰਕੇ ਲਿਆਇਆ ਹੈ ਉਹਨਾਂ ਨੇ ਅਰੈਸਟ ਕਰ ਲਿਆ ਬਚਨ ਆਇਆ ਅਸੰਖ ਚੋਰ ਹਰਾਮ ਖੋਰ ਐਸਾਸਿਆ ਜੈਸ ਬਚਨ ਇੱਥੇ ਬਚਨ ਆਇਆ ਜਿਸ ਕੀ ਤਿਸ ਕੀ ਕਰਮਾਨ ਐਗਜ਼ੈਂਪਲਰੀ ਲੈਵਲ ਤੇ ਬਾਤ ਲੈ ਆ ਰਿਹਾ ਮੈਂ ਆਪਨ ਲਾਹੇ ਗੁਮਾਨ ਗੁਰੂ ਸਾਹਿਬ ਕਹਿੰਦੇ ਆਪਣੇ ਆਪਣੇ ਮਨ ਤੋਂ ਕੁਝ ਗੁਮਾਨ ਲਾ ਦੇ ਜਿਸ ਕੀ ਤਿਸ ਕੀ ਕਰਮਾਨ ਜਿਸ ਦੀ ਜਿਸ ਜਿਹੜੀ ਚੀਜ਼ ਤੋਂ ਬਿਲੋਂਗ ਕਰਦੀ ਉਹਨੂੰ ਉਸੇ ਰੂਪ ਵਿੱਚ ਆ ਮਨ ਉਸੇ ਰੂਪ ਵਿੱਚ ਅਹਿਸਾਸ ਕਰ ਖੈਰ ਘਟਨਾ ਹੋ ਗਈ ਤੇ ਉਹ ਅਰੈਸਟ ਕਰ ਲਿਆ ਗਿਆ ਸਭ ਚੀਜ਼ਾਂ ਵਕਤ ਆਪਣੀ ਜਾਚੇ ਬਤੀਤ ਹੋ ਗਿਆ ਹੁਣ ਬੰਦੇ ਨੂੰ ਧਿਆਨ ਨਾਲ ਦੇਖਿਆ ਕੁਝ ਪੱਲੇ ਉੱਥੇ ਕਹਿੰਦੇ ਮੈਂ ਬੈਠ ਕੇ ਉਹ ਸਾਰੇ ਮੰਜ਼ਰ ਨੂੰ ਆਪਣੀ ਅੱਖਾਂ 'ਚ ਪਾਇਆ ਕੁਝ ਦਿਨਾਂ ਬਾਅਦ ਸਮ ਹਾਉ ਕੁਦਰਤੀ ਤੌਰ ਤੇ ਜੇ ਮੌਕਾ ਬਣਦਾ ਮੇਰੇ ਇੱਕ ਦੋਸਤ ਨੇ ਤੇ ਉਹ ਜੱਜ ਨੇ ਤੇ ਮੈਂ ਉਹਨਾਂ ਦੇ ਕੋਲ ਕਚਹਿਰੀ ਗਿਆ ਸਮ ਹਾਉ ਮੈਨੂੰ ਕੋਈ ਉਹਨਾਂ ਨਾਲ ਮੁਲਾਕਾਤ ਦਾ ਕੰਮ ਸੀਗਾ ਮੈਂ ਅੰਦਰ ਚਲਾ ਗਿਆ ਜਿਸ ਦਿਨ ਬਾਈ ਚਾਂਸ ਉੱਥੇ ਗਿਆ ਉਸ ਦਿਨ ਉਸੇ ਸ਼ਖਸ ਦੀ ਪੇਸ਼ੀ ਸੀ ਉਹ ਵੀ ਉੱਥੇ ਆ ਗਿਆ ਪੇਸ਼ੀ ਹੋਈ ਜਦੋਂ ਉਹਨੂੰ ਪੇਸ਼ੀ ਵਾਸਤੇ ਪੇਸ਼ ਕੀਤਾ ਉਹ ਸਾਰੀ ਜਿਹੜੀ ਹੈ ਉਹ ਗੱਲਬਾਤ ਹੋ ਰਹੀ ਸੀਗੀ ਸੰਭਾਵਾਂ ਉਹਨੂੰ ਵੀ ਵਿਟਨੈਸ ਕਰ ਲਿਆ ਤੁਸੀਂ ਸਮੇਂ ਜਦੋਂ ਮੈਂ ਅੰਦਰ ਬੜਿਆ ਤੇ ਬਾਹਰ ਨਿਕਲ ਰਿਹਾ ਤੇ ਮੈਂ ਪੁੱਛਿਆ ਜੋ ਉੱਥੇ EMPLOYEES ਸੀਗੇ ਵੀ ਇਹਨੂੰ ਕਹਿੰ ਲੱਗੇ ਇਹਨੂੰ 6 ਮਹੀਨੇ ਦੀ ਸਜ਼ਾ ਹੋਈ ਹੈ ਕੋਰਟ ਨੇ ਡਿਸਾਈਡ ਕੀਤਾ ਠੀਕ ਹੈ ਮੈਂ ਜੱਜ ਦੇ ਨਾਲ ਗੱਲਬਾਤ ਕਰ ਕਰਾ ਕੇ ਨਿਕਲਾ ਸ਼ਾਮ ਨੂੰ ਸੀ ਫਿਰ ਕਿਤੇ ਕਿਸੇ ਫੰਕਸ਼ਨ ਤੇ ਇਕੱਠੇ ਹੁੰਨੇ ਆ ਸੇਮ ਜੱਜ ਸਮਹਾਉ ਗੱਲਾਂ ਬਾਤਾਂ ਕਰਦੇ ਆਂ ਕੁਝ ਇਨ ਜਨਰਲ ਟਾਕ ਦੇ ਵਿੱਚ ਮੈਂ ਉਸ ਨੂੰ ਕਿਹਾ ਜੱਜ ਨੂੰ ਮੈਂ ਕਿਹਾ ਜੱਜ ਸਾਹਿਬ ਤੁਸੀਂ ਬੜੀ ਸਖਤ ਸਜ਼ਾ ਸੁਣਾਤੀ ਉਸ ਮਜ਼ਦੂਰ ਨੂੰ ਕਿਹਨੇ ਕਿਸ ਮਜ਼ਦੂਰ ਨੂੰ ਮੈਂ ਉਹਨਾਂ ਨੂੰ ਰੈਫਰੈਂਸ ਦਿੱਤਾ ਉਹਨੂੰ ਯਾਦ ਆ ਗਿਆ ਉਹ ਕਹਿੰਦੇ ਹਾਂ ਜਿਹੜਾ ਅੱਜ ਕੇਸ ਦੀ ਗੱਲ ਕਰ ਰਹੇ ਹੋ ਕਹਿੰਦੇ ਹਾਂ ਕਿ ਤੁਹਾਨੂੰ ਕਿੱਦਾਂ ਪਤਾ ਕਹਿੰਨੇ ਕਿ ਗੱਲ ਇਹ ਹੈ ਕਿ ਕੁਦਰਤੀ ਤੌਰ ਤੇ ਮੈਂ ਜਿਸ ਦਿਨ ਦੀ ਅਰੇਸਟਿੰਗ ਹੋਈ ਉਹਨੂੰ ਵੀ ਵਿਟਨੈਸ ਕਰ ਲਿਆ ਜਦੋਂ ਸਜ਼ਾ ਹੋਈ ਉਸ ਦਿਨ ਵੀ ਮੈਂ ਤੁਹਾਡੀ ਕੋਰਟ ਇਸੇ ਗੱਜ ਮੌਜੂਦ ਹਾਂ ਕਿੰਦਾ ੱਚਾ ਪਰ ਕਿੰਦੇ ਕਮਾਲ ਆ ਕਿ ਉਹ ਬੰਦੇ ਨੂੰ ਸਜ਼ਾ ਦੇ ਦਿੱਤੀ ਸਮਾਨ ਵੀ ਰਿਕਵਰ ਹੋ ਗਿਆ ਉਹਨੇ ਵਿਚਾਰੇ ਨੇ ਇੱਕ ਵੀ ਉਹ ਟੇਪ ਪਲੇਅਰ ਚਲਾ ਕੇ ਨਹੀਂ ਦੇਖਿਆ ਹੋਣਾ ਇੱਕ ਵੀ ਘੜੀ ਉਹਨੇ ਗੁੱਟ ਤੇ ਬੰਨ ਕੇ ਨਹੀਂ ਦੇਖੀ ਕੁਝ ਵੀ ਤੇ ਯੂਜ਼ ਨਹੀਂ ਕੀਤਾ ਤੋੜਿਆ ਨਹੀਂ ਅਬਿਊਜ਼ ਕੀਤਾ ਸਮਾਨ ਐਜ਼ ਇਟ ਇਜ਼ ਰਿਕਵਰ ਹੋ ਗਿਆ ਫਿਰ ਵੀ ਤੁਸੀਂ ਬੰਦੇ ਨੂੰ ਇੰਨੀ ਸਜ਼ਾ ਦੇ ਦਿੱਤੀ ਇਸ ਤਰੀਕੇ ਨਾਲ ਤੇ ਜੱਜ ਹੱਸ ਪਿਆ ਕਹਿਣ ਲੱਗਾ ਮੇਰਾ ਜਿਹੜਾ ਜੱਜ ਦੋਸਤ ਹੈ ਉਹ ਕਹਿੰਦਾ ਨਹੀਂ ਪ੍ਰੋਫੈਸਰ ਸਾਹਿਬ ਉਸ ਨੂੰ ਸਜ਼ਾ ਕੜੀ ਨੂੰ ਕਿਸੇ ਨੂੰ ਤੋੜਨ ਤੇ ਖਰਾਬ ਕਰਨ ਤੇ ਆ ਕਿਸੇ ਦੇ ਵਾਕਮੈਨ ਨੂੰ ਯੂਜ਼ ਕਰਨ ਤੇ ਇਹਦੀ ਨਹੀਂ ਫਿਰ ਸਜ਼ਾ ਕਾ ਦੀਏ ਕਹਿੰਨੇ ਕਿ ਸਜ਼ਾ ਉਹਨਵੇਂ ਇਸ ਗੱਲ ਦੀਏ ਉਸਨੇ ਬੇਗਾਨੇ ਸਮਾਨ ਨੂੰ ਆਪਣਾ ਕਿਹਾ ਮੇਰਾ that caused him punishment ਜਿਹੜੀ ਚੀਜ਼ ਉਹਦੇ ਤੋਂ ਬਿਲੋਂਗ ਨਹੀਂ ਕਰਦੀ ਉਸਨੂੰ ਮੇਰਾ ਕਹਿ ਰਿਹਾ ਹੈ ਜਦੋਂ ਜੀ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਦੇ ਆ ਨਾ ਕਹਿੰਦੇ ਚੋਰ ਤੇ ਕਾਜੇ ਇਲਾਕੇ ਤੇ ਜਿਉਣਾ ਦੂਬਰ ਹੋ ਜਾਂਦਾ ਜਿੱਥੇ ਬਾਬਾ ਜੀ ਕਹਿੰਦੇ ਅਸੰਖ ਚੋਰ ਹਰਾਮ ਖੋਰ ਉਹ ਕੌਣ ਨੇ ਉਹ ਨੇ ਜਿਹੜੇ ਬੇਗਾਨੀ ਚੀਜ਼ ਨੂੰ ਆਪਣੀ ਕਹਿ ਰਹੇ ਨੇ ਪਰ ਕੀ ਕੋ ਆਪਣੀ ਕਹੇ ਆਪਣੀ ਨਹੀਂ ਪਾਵੇ ਜਿਨਾਂ ਨੂੰ ਅਹਿਸਾਸ ਨਹੀਂ ਕਿ ਜਿਸ ਚੀਜ਼ ਨੂੰ ਮੈਂ ਮੇਰਾ ਮੇਰਾ ਕਰ ਰਿਹਾ ਹਾਂ ਮੇਰਾ ਤੇ ਹੈ ਹੀ ਨਹੀਂ ਬਚਨ ਆਇਆ ਜਿਸ ਕੀ ਤਿਸ ਕੀ ਕਰਮਾਨ ਜਿਸ ਦੀ ਹੈ ਉਹਦੀ ਹੀ ਕਰਕੇ ਮਾਨ ਇਹ ਸੰਸਾਰ ਸਾਨੂੰ ਅਮਾਨਤ ਰੂਪ ਵਿੱਚ ਮਿਲਿਆ ਹੈ ਇਸ ਸਰੀਰ ਸਮੇਤ ਇਹ ਦੇਖੀ ਕੁਝ ਸਮੇਂ ਵਾਸਤੇ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਦੀ ਕਸਟਡੀ ਅਸੀਂ ਕਸਟੋਡੀਅਨ ਹੈਗੇ ਆ ਅਸੀਂ ਉਹਨਾਂ ਨੂੰ ਮੰਨਣਾ ਆ ਜੀਣਾ ਆ ਬਿਤਾਉ ਜਾਣਾ ਪਰ ਜਿੰਨੇ ਬੰਦੇ ਦੀ ਦਸ਼ਾ ਦੇਖਦੇ ਆ ਉਹ ਇਤਨੀ ਐਸੀ ਹੈ ਹਮਰੀ ਭੂਮਿ ਕੌਣ ਘਾਲੇ ਪੈਰ ਜਿਹੜਾ ਸੋ ਕਾਲਡ ਨੈਸ਼ਨਲ ਹੂਡ ਵੀ ਦੇਖਦੇ ਨਾ ਅੱਜ ਕੱਲ ਅਸੀਂ ਆ ਮੇਰੀ ਜ਼ਮੀਨ ਇੱਥੇ ਸਾਡਾ ਝੰਡਾ ਝੁਲੇਗਾ ਸਾਡੀ ਆ ਬਾਤ ਹੋਏਗੀ ਇਸ ਇਹ ਸਾਰਾ ਕੁਝ ਇਵਨ ਯੂਕਰੇਨ ਤੇ ਰਸ਼ੀਆ ਦੇ ਮਸਾਇਲ ਚ ਦੇਖ ਲਵੋ ਤੁਸੀਂ ਇਦਾਂ ਸ਼ਰੇਆਮ 21ਵੀਂ ਸਦੀ ਦੇ ਆ ਤੀਸਰੇ ਦਹਾਕੇ ਦੇ ਵਿੱਚ ਬੰਦੇ ਮਾਰੇ ਜਾ ਰਹੇ ਨੇ ਕੀ ਕਤਲੋਗਾਰਤ ਹੋ ਰਹੀ ਹੈ ਸਾਰੇ ਜੇ ਹੁਣ ਵੀ ਬੰਦੇ ਨੂੰ ਸੈਂਸ ਨਹੀਂ ਗਏ ਵੀ ਇਹ ਸਰਜ਼ਮੀਨ ਜਿਹੜੀ ਹੈ ਕੋਈ ਔਨ ਨਹੀਂ ਕਰਦਾ ਇੱਥੇ ਮਨੁੱਖਾਂ ਨੇ ਇੱਕ ਸਾਂਝੇ ਅੱਜ ਬਾਤ ਹੋ ਰਹੀ ਵਰਲਡ ਆਰਡਰ ਦੀ ਇੱਕ ਵਰਲਡ ਆਰਡਰ ਬਿਲਡ ਕੀਤਾ ਜਾਏ ਤਾਂ ਕਿ ਸੰਸਾਰ ਦੇ ਵਿੱਚ ਸਾਰੀ ਅਫਰਾ ਤਫਰੀ ਸੁਡਾਨ ਚ ਕੀ ਹਾਲਤ ਹੋਈ ਮੈਂ ਰਿਪੋਰਟ ਪੜ੍ਹ ਰਿਹਾ ਸੀ ਦੋ ਦਿਨ ਦੋ ਰੋਜ਼ ਪਹਿਲਾਂ ਮਤਲਬ ਦਿਫੂਜੀ ਕ੍ਰਾਈਸਿਸ ਦੇ ਆਲਰੇਡੀ ਵਰਲਡਵਾਈਡ ਚੱਲ ਰਿਹਾ ਹੈ ਸਾਡੇ ਇੱਥੇ ਕੈਨੇਡਾ ਅਮਰੀਕਾ ਦੇ ਅੰਦਰ ਹਾਲਾਂਕਿ ਉਸ ਕਿਸਮ ਦੀ ਕੰਡੀਸ਼ਨਸ ਨਹੀਂ ਕਿ ਤੋਪਾਂ ਬੀੜੀਆਂ ਹੋਣ ਤੇ ਗੰਨਾ ਚੱਲ ਰਹੀਆਂ ਹੋਣ ਪਰ ਇਹਦੇ ਬਾਵਜੂਦ ਵੀ ਕੋਈ 2 ਮਹੀਨੇ ਪਾਰ ਨਹੀਂ ਪੈਂਦੇ ਪਤਾ ਲੱਗਦਾ ਕੋਈ ਪ੍ਰਵਾਸ ਦਾ ਜਿਹੜਾ ਸ਼ਖਸ ਹੈ ਪ੍ਰਵਾਸੀ ਇੱਥੇ ਆਇਆ ਉਹ ਬਾਰਡਰ ਕਰਾਸ ਕਰਦੇ ਆ ਇਧਰ ਉਧਰ ਜਾਂਦੇ ਆ ਉਧਰ ਇਧਰ ਜਾਂਦੇ ਮਰ ਗਿਆ ਇਹ ਸਮੱਸਿਆ ਮਤਲਬ ਮੈਸਿਵ ਲੈਵਲ ਤੇ ਸਾਰੇ ਸਾਰੇ ਮੂਵਮੈਂਟ ਚੱਲ ਰਹੀ ਦੁਨੀਆ ਪੱਧਰ ਤੇ ਤੇ ਉਹਦੇ ਪਿੱਛੇ ਜੇ ਦੇਖਿਆ ਜਾਏ ਤੇ ਡਿਸਟਰਬੈਂਸ ਹੈ ਔਰ ਸਾਰੇ ਦੀ ਸਾਰੀ ਇੱਕ ਅਲਾਮਤ ਆ ਜਿਹੜੀ ਮਨੁੱਖਾਂ ਨੇ ਸਿਰਜੀ ਹੈ ਤੇ ਇਹਦੇ ਰੂਟਸ ਦੇਖੀਏ ਤੇ ਬਹੁਤ ਡੀਪ ਲੈਵਲ ਤੇ ਮਿਲਣਗੇ ਮੇਰੀ ਜ਼ਮੀਨ ਮੇਰਾ ਆ ਮੇਰਾ ਆ ਬਾਬਾ ਜੀ ਕਹਿੰਦੇ ਤੇਰਾ ਹੈ ਕੀ ਹੈ ਤੇਰਾ ਤੇ ਆ ਵਜੂਦ ਵੀ ਨਹੀਂ ਜਿਹੜਾ ਤੂੰ ਨਾਲ ਚੱਕ ਕੇ ਬੈਠਾ ਹਾਂ ਇਹਦੀ ਕਸਟਡੀ ਤੇਰੇ ਕੋਲ ਹੈ ਕੋਈ ਸਮਝ ਲੈ ਬੜੀ ਗਹਿਰੀ ਬਾਤ ਆ ਜਦੋਂ ਸਿੱਖੀ ਆਸ਼ਿਸ਼ ਅਸੀਂ ਚੀਜ਼ਾਂ ਦੀ ਕੋਈ ਐਕਸਰਸਾਈਜ਼ ਦੇਖਦੇ ਆ ਨਾ ਇਸ ਤਰ੍ਹਾਂ ਜਾਣੀਏ ਸਾਰਾ ਸੰਸਾਰ ਦੇ ਵਿੱਚ ਜਿਹੜਾ ਵਾਵਲੇਵਾ ਆ ਸਾਡੀ ਪੱਜ ਨਾਲ ਠਿਆ ਸਾਰੇ ਇਹ ਰੋਜ਼ੀ ਰੋਟੀ ਵਾਸਤੇ ਹੈ ਬਕਾਲ ਮਸਕੀਨ ਜੋ کیا ਕਰਦੇ ਸਨ ਲੁਕੀ ਨੋਟਾਂ ਦੇ ਬੰਡਲ ਬੰਨ ਬੰਨ ਕੇ ਰੱਖਦੇ ਨੇ ਉਹ ਕਿਹਦੇ ਨੋਟਾਂ ਦੇ ਬੰਡਲ ਨਹੀਂ ਰੋਟੀਆਂ ਦੇ ਬੰਡਲ ਨੇ ਅਸਲ ਵਿੱਚ ਤਾਂ ਕਿ ਰੋਟੀਆਂ ਦਾ ਇੰਤਜ਼ਾਮ ਹੋ ਜਾਏ ਆਪਣਿਆਂ ਦਾ ਹੋ ਜੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਦਾ ਹੋ ਜੇ ਕਹਿੰਦੇ ਸਭ ਉਹਦਾ ਇੰਤਜ਼ਾਮ ਹੋ ਰਿਹਾ ਹੈ ਇਹ ਰੂਪਿਆ ਆਪਾਂ ਜੇ ਹੋਰ ਬਾਣੀ ਨੂੰ ਪੜਦੇ ਆਂ ਤੇ ਗੁਰੂ ਨਾਨਕ ਮਹਾਰਾਜ ਕਹਿੰਦੇ ਲੋਕ ਇਕਸਰ ਸ਼ਿਕਾਇਤਾਂ ਕਰਦੇ ਬੜੇ ਤੱਕੇ ਖਾਦੇ ਨੇ ਜੀ ਬੜੇ ਤੱਕੇ ਖਾ ਰਹੇ ਆਂ ਜੀ ਉਹ ਫਲਾਣੇ ਬੰਦੇ ਨੂੰ ਬੜੇ ਤੱਕੇ ਪਏ ਭਾਈ ਬਾਬਾ ਜੀ ਕਹਿੰਦੇ ਕੋਈ ਹੋਰ ਚੀਜ਼ ਤੱਕੇ ਨਹੀਂ ਮਾਰ ਰਹੀ ਨਕ ਨਤ ਖਸਮ ਹੱਥ ਕਿਰਤ ਤੱਕੇ ਦੇ ਜਿਹੜੀ ਬੰਦੇ ਨੇ ਕਿਰਤ ਕਮਾਈ ਕਰਨੀ ਹੈ ਉਹਦੇ ਲਈ ਧੱਕੇ ਖਾ ਰਿਆ ਤੇ ਕਮਾਈ ਕਾਦੇ ਲਈ ਕਰਨੀ ਹੈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਕਿਉਂਕਿ ਦਾਣੇ ਚਾਹੀਦੇ ਨੇ ਖਾਣ ਹਾਸਤੇ ਅਲਟੀਮੇਟਲੀ ਅਨ ਅਨਾਜ ਦੀ ਪੂਰਤੀ ਪੇਟ ਦੀ ਪੂਰਤੀ ਲੋੜਾਂ ਦੀ ਪੂਰਤੀ ਇਹਦੇ ਲਈ ਸਾਰੀ ਭਜਨ ਠੋਰੀ ਸਭ ਸੰਸਾਰੀ ਤੌਰ ਤੇ ਦੇਖਿਆ ਜਾਏ ਇਸ ਸਾਰੇ ਦੇ ਅੰਦਰ ਕੋਈ 500 550 ਸਾਲ ਪਿੱਛੇ ਚਲੇ ਜਾਈਏ ਗੁਰੂ ਪੀਰੀਅਡ ਦੇ ਵਿੱਚ ਤੇ ਗੁਰੂ ਬਾਬਾ ਜੀ ਨੇ ਲੰਗਰਾਂ ਦੀ ਸ਼ੁਰੂਆਤ ਕੀਤੀ ਹਾਲਾਂਕਿ ਹਾਂ ਇਹ ਰਿਹਾ ਕਿ ਲੋਕੀ ਕੁਝ ਗਾਹੇ ਬਗਾਹੇ ਕੁਝ ਧਾਰਮਿਕ ਅਨੁਸ਼ਠਾਨ ਕਰਦੇ ਹੁੰਦੇ ਸੀ ਤੇ ਉਹਦੇ 'ਚ ਕੁਝ ਭੰਡਾਰੇ ਵਗੈਰਾ ਲਾਉਂਦੇ ਸੀ ਤੇ ਫਿਰ ਆਵਾਜ਼ ਦਿੰਦੇ ਸੀ ਬਾਕਾਇਦਾ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਅਧਿਕਾਰੀ ਹੁੰਦੇ ਸੀ ਤੁਸੀਂ ਆ ਕੇ ਛਕੋ ਖਾਓ ਪਰ ਉਹਦਾ ਇੱਕ ਧਾਰਮਿਕ ਸਵਾਬ ਹੋਏਗਾ ਤੁਹਾਡੇ ਨੂੰ ਮਿਲੇਗਾ ਇਸ ਇੱਕ ਲਾਲਸਾ ਦੇ ਰੂਪ ਵਿੱਚ ਹੁੰਦਾ ਸੀਗਾ ਜਿਵੇਂ ਮਲਕ ਭਾਗੋ ਨੇ ਸਾਰੇ ਧਾਰਮਿਕ ਲੋਕਾਂ ਨੂੰ ਬੁਲਾਇਆ ਗੁਰੂ ਸਾਹਿਬ ਨੂੰ ਬੁਲਾਇਆ ਨਾ ਗਏ ਤੇ ਫੋਰਸਫੁਲੀ ਬੁਲਾਇਆ ਸਾਰੇ ਰੂਪੇ ਪਰ ਗੁਰੂ ਬਾਬਾ ਜੀ ਨੇ ਕਿਹਾ ਨਾ ਦੇਗਾ ਦੇ ਮੂੰਹ ਸਭ ਵਾਸਤੇ ਖੁੱਲੇ ਜਾਣ ਤੇ ਸਦਾ ਲਈ ਖੁੱਲੇ ਰਹਿਣ ਹਮੇਸ਼ਾ ਲਈ ਇਹਦੇ ਚ ਨੋ ਡਾਊਟ ਅਸੀਂ ਵੱਡੇ ਪੱਧਰ ਤੇ ਐਕਸਰਸਾਈਜ਼ ਕਰਦੇ ਆ ਬੀਇੰਗ ਅ ਸਿੱਖ ਪ੍ਰੈਕਟिशनर ਪ੍ਰੈਕਟਿਸ ਕਰੰਦੇ ਉਸ ਰੂਪ ਦੇ ਵਿੱਚ ਪਰ ਸਾਨੂੰ ਲਿਟਰਲੀ ਤੌਰ ਤੇ ਇਹ ਅਹਿਸਾਸ ਨਹੀਂ ਹੈਗਾ ਕਿ ਕਿਉਂ ਹੈ ਇਸ ਕਰਕੇ ਹੈ ਕਿਉਂਕਿ ਸਾਰਾ ਅਨ ਅਨਾਜ ਸਭ ਮਨੁੱਖਾਂ ਵਾਸਤੇ ਸਾਂਝਾ ਹੈ ਸਾਰਿਆਂ ਨੂੰ ਹੱਕ ਹੋਣਾ ਚਾਹੀਦਾ ਖਾਣ ਦਾ ਰੋਜੀ ਰੋਟੀ ਸਾਰਿਆਂ ਨੂੰ ਅਵੇਲੇ ਮੁਅਸਰ ਹੋਣੀ ਚਾਹੀਦੀ ਹੈ ਹਰ ਲੈਵਲ ਤੇ ਬੰਦੇ ਦੀਆਂ ਲੋੜਾਂ ਦੀ ਪੂਰਤੀ ਹੋਣੀ ਚਾਹੀਦੀ ਹੈ ਇਸ ਕਰਕੇ ਇਹ ਜਿਹੜਾ ਮੇਰ-ਤੇਰ ਦਾ கான்ਸੈਪਟ ਆ ਤੇ ਇਹ ਸਾਰੇ ਰੂਪ ਦੇ ਵਿੱਚ ਬੰਦੇ ਨੂੰ ਇਹ ਕਹਿਣਾ ਕਿ ਨਹੀਂ 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 ਅਕਸਰ ਹੁੰਦਾ ਬੰਦਾ ਕਹਿੰਦਾ ਮੈਂ ਕਮਾਇਆ ਆ ਮੈਂ ਬਣਾਇਆ ਮੈਂ ਹੀ ਇਹਨੂੰ ਭੋਗਾਗਾ ਬਾਬਾ ਜੀ ਕਹਿੰਦੇ ਨਾ ਕਰਤਾਰ ਦੀ ਕੁਦਰਤ ਨਵਾਜਣ ਵਾਲੀ ਹੈ ਅਸੀਂ ਸਾਰੇ ਉਸ ਉਹਦੇ ਜਾਏ ਹੋਏ ਆ ਇੱਕ ਦੂਸਰੇ ਦੇ ਮਦਦਗਾਰ ਬਣੀ ਇੱਕ ਦੂਜੇ ਦੀ ਬਾਹ ਫੜੀਏ ਇੱਕ ਦੂਜੇ ਦੇ ਨਾਲ ਭਲੇ ਵਿੱਚ ਮੁਸਰ ਹੋਈਏ ਇਹੀ ਜੀਵਨ ਹੈ ਧਰਮ ਦੀ ਐਕਚੁਅਲ ਪਹਿਚਾਨ ਇਹ ਹੈ ਜਿੱਥੇ ਇਹ ਪਹਿਚਾਨ ਧਰਮ ਦੀ ਨਾ ਰਹੇਗੀ ਬਾਬਾ ਜੀ ਦੀ ਬਾਣੀ ਬੜੀ ਕਲੀਅਰ ਹੈ ਉਹ ਜਿੰਨਾ ਮਰਜੀ ਫਲਸਫੀਕਲ ਸਾਈਡ ਤੋਂ ਵਧੀਆ ਦਿਖਾਓ ਤੁਸੀਂ ਜਿੰਨਾ ਮਰਜੀ ਤੁਸੀਂ ਉਸ ਨੂੰ ਮਤਲਬ ਐਕਸਰਸਾਈਜ਼ ਕਰਨ ਵਾਸਤੇ ਉਹਨੂੰ ਉਸ ਨੂੰ ਰਿਚੂਅਲਸ ਵਿੱਚ ਲੈ ਕੇ ਆਓ ਇਹ ਸਭ ਕਲਟ ਬਣ ਜਾਏਗਾ ਕਿਉਂਕਿ ਐਂਡ ਆਫ ਦਾ ਡੇ ਮਨੁੱਖ ਮਨੁੱਖ ਦੇ ਨਾਲ ਸਨੇਹ ਪਿਆਰ ਖਲੂਸ ਮੁਹੱਬਤ ਆਪਣਤ ਫਿਰ ਦੇ ਆਪੋਜ਼ਿਟ ਈਰਖਾ ਦੁਆਇਕ ਸਾੜੇ ਵੈਰ ਵਿਰੋਧ ਇਹਦੇ ਤੋਂ ਬਾਹਰ ਨਿਕਲੇ। ਆਪ ਗੁਰੂ ਕੇ ਹਜ਼ੂਰ ਬੈਠੇ ਹੋ ਸੰਗਤ ਕਰ ਰਹੇ ਹੋ। ਸੰਗਤ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਪਤਾ ਕੀ ਦਿੰਦੇ ਨੇ। ਬਾਬਾ ਜੀ ਕਹਿੰਦੇ ਨੇ ਬਿਸਰ ਗਈ ਸਬਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ। ਮੇਰੇ ਅੰਦਰੋਂ ਪਰਾਈ ਤਾਤ ਚਲੀ ਗਈ ਜਦੋਂ ਦੀ ਮੈਂ ਸੰਗਤ ਦਾ ਪੱਲਾ ਫੜ ਲਿਆ। ਇਹਦੀ ਜੇ ਫਰਦਰ ਐਕਸਪਲੇਨੇਸ਼ਨ ਪੜਨੀ ਹੋ ਇਸੇ ਸ਼ਬਦ ਚ ਬਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ ਮੁਹਿ ਪਾਈ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਨਿਆਏ ਸਗਲ ਸੰਗ ਹਮ ਕੋ ਬਨਿਆਏ ਨਫਰਤ ਈਰਖਾ ਦੁਆਇਕ ਸਾੜੇ ਇਹ ਝੋਲੀ ਚ ਪਾ ਕੇ ਤੇ ਫਿਰ ਇਹਦਾ ਇਵਜ ਕੀ ਹੁੰਦਾ ਜਿਵੇਂ ਸੁਪੋਜ਼ ਨੂੰ ਬਹੁਤ ਸਿੰਪਲ ਇੱਕ ਘਰ ਥਾਂ ਤੋਂ ਬਾਤ ਸ਼ੁਰੂ ਕਰੀਏ ਸਾਡੇ ਬਾਰੇ ਕਿਹਾ ਗਿਆ ਸੀ ਦੋ ਇਮੋਸ਼ਨਸ ਦੇ ਅੰਦਰ ਜ਼ਿੰਦਗੀ ਜੀਣੇ ਆ ਮੋਹ ਤੇ ਹਾਂ ਆਈਦਰ ਵੀ ਆਰ ਫੁੱਲ ਵਿਦ आवर ਈਗੋ অর ਅਦਰਵਾਈਜ਼ ਅਨਲਿमिटेड ਅਟੈਚਮੈਂਟ ਇਹ ਦੋ ਚੀਜ਼ਾਂ ਹੁੰਦੀ ਆ ਜਾਂ ਆਲੇ ਦੁਆਲੇ ਨਾਲ ਬੜੀ ਪਕੜ ਹੈ ਤੇ ਜਾਂ ਆਪਣੇ ਹੰਕਾਰ ਨਾਲ ਬੜੀ ਪਕੜ ਹੈ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਚੀਜ਼ ਬੰਦਾ ਇਸ ਇਸ ਟੈਂਡੈਂਸੀ 'ਚ ਰਹਿੰਦਾ ਆਪ ਚਲੋ ਇੱਥੇ ਤੇ ਇਸ ਰੂਪ ਵਿੱਚ ਜੇ ਨਹੀਂ ਦੇਖਣੇ ਚ ਆਇਆ ਪਰ ਪੰਜਾਬ ਦੀ ਫੀਜ਼ਾਨ ਦੇ ਵਿੱਚ ਆਪਨੇ ਕਦੀ ਨਿਊਜ਼ਪੇਪਰ ਵਗੈਰਾ ਜ਼ਰੂਰ ਪੜੇ ਹੋਣਗੇ ਮੈਂ ਵੀ ਪੜੇ ਨੇ ਬੜਾ ਬਚਪਨ ਤੋਂ ਨਿਊਜ਼ਪੇਪਰ ਵਗੈਰਾ ਦੇਖੇ ਉਹਨਾਂ 'ਚ ਇੱਕ ਵੱਡੇ ਕਲਾਸੀਫਾਈਡ ਚ ਕਾਲਮ ਨਿਕਲਦਾ ਹੁੰਦਾ ਸੀ ਜਿਦੇ 'ਚ ਅਕਸਰ ਪਰਿਵਾਰਾਂ ਦੇ ਵਿੱਚ ਆ ਮਤਲਬ ਫੈਮਿਲੀ ਮੈਂਬਰਸ ਦੁਆਰਾ ਕੁਝ ਕਲਾਸੀਫਾਈਡਸ ਕੁਝ ਦਿੱਤੀਆਂ ਹੁੰਦੀਆਂ ਸੀਗੀਆਂ ਐਡਸ ਉਦਚੇ ਹੋਣਾ ਮੈਂ ਫਲਾ ਸਿੰਘ ਪੁੱਤਰ ਫਲਾ ਸਿੰਘ ਆਪਣੇ ਫਲਾ ਫਲਾ ਬੱਚੇ ਨੂੰ ਚੱਲ ਅਚੱਲ ਸੰਪਤੀ ਤੋਂ ਬੇਦਖਲ ਕਰਦਾ ਜਾਦਾ ਤਾਂ ਤੁਸੀਂ ਉਹਨਾਂ ਕੇਸਾਂ ਨੂੰ ਕੋਹਕ ਪੜਤਾਲ ਕੇ ਦੇਖੋਗੇ ਹੋਂ ਦਾ ਸਿਨੈਰੀਓ ਨਿਕਲੇਗਾ ਵਿੱਚੋਂ ਅਹੰਮੇਰੀ ਗੱਲ ਨਹੀਂ ਮੰਨੀ ਮੇਰੀ ਗੱਲ ਨਹੀਂ ਸੁਣੀ ਮੇਰੇ ਆਖੇਨ ਲੱਗੇ ਬਸ ਹੁਣ ਹੁਣ ਮੈਂ ਇਸ ਨੂੰ ਕੁਛ ਨਹੀਂ ਦੇਣਾ ਇਸ ਨੂੰ ਧਰਤੀ ਤੇ ਰੁਣ ਜੋਗੇ ਛੱਡ ਦੇਣਾ ਇਹ ਪ੍ਰਵਿਰਤੀ ਹੁੰਦੀ ਸੀ ਆਪਾਂ ਗੁਰੂ ਨਾਨਕ ਮਹਾਰਾਜ ਜੀ ਦੀ ਬਾਤ ਕਰਦੇ ਆਂ ਬਾਬਾ ਜੀ ਮਾਨਵਤਾ ਨੂੰ ਸੱਚ ਦਾ ਗਿਆਨ ਦਿੰਦੇ ਜਿਨ੍ਹਾਂ ਦੇ ਸਾਹਮਣੇ ਲੋਕ ਸਿਜਦੇ ਕਰਦੇ ਚੁੱਕਦੇ ਨਿਮ ਦੇ ਲਿਫਦੇ ਬਾਬਾ ਜੀ ਦੇ ਮੁਖਾਰਬਨ ਤੋਂ ਬਚਨ ਨਿਕਲਣ ਤੋਂ ਪੂਰੇ ਕਰਦੀਏ ਨੋ ਡਾਊਟ ਵਕਤੀ ਤੌਰ ਤੇ ਬਾਬਰ ਨੇ ਗੁਰੂ ਸਾਹਿਬ ਨੂੰ ਅਰੈਸਟ ਕੀਤਾ ਮਹਾਰਾਜ ਨੇ ਇਹਨਾਂ ਜੇਲ ਵੀ ਕੀਤਾ ਚੱਕੀ ਪਸਵਾਈ ਸੀ ਸਾਰਾ ਇਤਿਹਾਸ ਪੜਦੇ ਆ ਪਰ ਜਦੋਂ ਨੂੰ ਮਹਿਸੂਸ ਹੋਇਆ ਕਿ ਤੇ ਮਤਲਬ ਜਗਤਪੀਰ ਨੇ ਫਿਰ ਆ ਕੇ ਉਸਨੇ ਮਾਫੀ ਵੀ ਮੰਗੀ ਫਿਰ ਬਾਬਾ ਜੀ ਤੋਂ ਅਸੀਸ ਵੀ ਪ੍ਰਾਪਤ ਕੀਤੀ ਫਿਰ ਬਾਬਾ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਵਾਸਤੇ ਕੁਝ ਮੈਨੂੰ ਹੁਕਮ ਦਿਓ ਮੈਂ ਕੁਝ ਕਰ ਸਕਾਂ ਤੇ ਬਾਬਾ ਜੀ ਨੇ ਫਿਰ ਇਹ ਕਿਹਾ ਸੀਗਾ ਕਹਿਣ ਲੱਗੇ ਹੁਕਮ ਮੰਨਣ ਦੀ ਪ੍ਰਵਿਰਤੀ ਤੇਰੇ 'ਚ ਨਹੀਂ ਹੈ ਇਸ ਆਪਣੇ ਆਪ ਨੂੰ ਇਸ ਜਗ੍ਹਾ ਤੇ ਨਾ ਲੈ ਕੇ ਆ ਪਰ ਹਾਂ ਇੱਕ ਸਲਾਹ ਜ਼ਰੂਰ ਹੈ ਤੇਰੇ ਵਾਸਤੇ ਸਲਾਹ ਇਹ ਹੈ ਕਿ ਜੇ ਲਟੇਰਾ ਐ ਤੇ ਲੁੱਟ ਨਗਰਾਂ ਪਿੰਡਾਂ ਨੂੰ ਲਟੇਰਿਆਂ ਦਾ ਕੰਮ ਹੁੰਦਾ ਹੈ ਤੇ ਜੇ ਆਪਣੇ ਆਪ ਨੂੰ ਬਾਦਸ਼ਾਹ ਕਹਿਣਾ ਰਾਜਾ ਕਹਿਣਾ ਪਰ ਲੋਕਾਂ ਨਾਲ ਲੁੱਟ ਰਾਜੇ ਨਾਲ ਲੜ ਜਾਗੇ ਜਿਵੇਂ ਨੇ ਸੈਦਪੁਰ ਨੂੰ ਲੁੱਟਿਆ ਐਵੇਂ ਫਿਰ ਨੇ ਲਾਹੌਰ ਨੇ ਲੁੱਟਿਆ ਆ ਕੇ ਨਾ ਆਪਣੇ ਸਿਪਾਹੀਆਂ ਲੁੱਟਣ ਦਿੱਤਾ ਤੇ ਫਿਰ ਸਿੱਧਾ ਪਾਣੀ ਪਤ ਆ ਗਿਆ ਸਿਕੰਦਰ ਲੋਧੀ ਨੇ ਇਤਿਹਾਸ ਨੂੰ ਜੇ ਸਹੀ ਰੂਪੇ ਦੇਖਿਆ ਐਕਚੁਅਲ ਲੈਵਲ ਤੇ ਹੋਇਆ ਕਿ ਸਾਨੂੰ ਪਿਕਚਰ ਨਹੀਂ ਕਈ ਕਈ ਵਾਰੀ ਕਲੀਅਰ ਦਿਖਾਏਗੀ ਡਾਟਾ ਬੇਸਡ ਵੇ ਦੇ ਨਾਲ ਗੁਰੂ ਬਾਬਾ ਜੀ ਨੇ ਉਸ ਨੂੰ ਇਸ ਚੀਜ਼ ਵਾਸਤੇ ਕਨਵਿੰਸ ਕੀਤਾ ਕਿ ਭਲਿਆ ਲੋਕਾਂ ਨੂੰ ਕਿਉਂ ਮਾਰ ਰਿਹਾ ਜੇ ਸਾਖਤ ਜੇ ਸਖਤਾ ਸਖਤੇ ਕੋ ਮਾਰੇ ਜੇ ਵਾਕਿਆ ਚੀ ਆਪਣੇ ਆਪ ਨੂੰ ਬੜਾ ਵੱਡਾ ਤੂੰ ਕਹਿਣਾ ਵੀ ਮੈਂ ਬੜਾ ਤਾਕਤਵਰ ਤਾਕਤਵਰ ਨੂੰ ਵੰਗਾਰ ਜਾ ਕੇ ਇਹਨਾਂ ਗਰੀਬ ਲੋਕਾਂ ਤੋਂ ਕੀ ਲੈਣਾ ਇਹਨਾਂ ਨੂੰ ਕਿਉਂ ਲੁੱਟ ਰਿਹਾ ਲਟੇਰਾ ਆ ਤੂੰ ਇਹ ਬਾਤ ਬਾਬਾ ਜੀ ਨੇ ਕਹੀ ਸੀ ਉਸ ਨੂੰ ਖੈਰ ਜਿਹੜੀ ਬੇਨਤੀ ਕਰਨ ਲੱਗਾ ਮੈਂ ਮਹਾਰਾਜ ਕੋਲੋਂ ਬਾਬਰ ਵਰਗੇ ਜਰਵਾਣੇ ਉਹ ਵੀ ਕਹਿੰਦੇ ਹੁਕਮ ਕਰੋ ਸਾਨੂੰ ਅਸੀਂ ਤੁਹਾਡੇ ਹੁਕਮ ਦੀ ਪਾਲਣਾ ਕਰ ਲਈ ਸਿਕੰਦਰ ਲੋਧੀ ਉਹਨੇ ਵੀ ਕਹਿੰਦੇ ਨੇ ਗੁਰੂ ਬਾਬਾ ਜੀ ਨੇ ਅਰੈਸਟ ਕੀਤਾ ਸੀਗਾ ਮੁੜ ਕੇ ਉਹਨੇ ਵੀ ਮਾਫੀ ਮੰਗੀ ਫਿਰ ਕਿਹਾ ਹੋਈ ਹੁਕਮ ਬਾਬਾ ਜੀ ਤੋਂ ਵੀ ਹੁਕਮ ਮੰਗਦਾ ਕਰ ਦੇ ਵਿੱਚ ਗੁਰੂ ਬਾਬਾ ਜੀ ਦੇ ਦੋ ਸਹਬਜ਼ਾਦੇ ਨੇ ਬਾਬਾ ਸ਼ਰੀ ਚੰਨ ਤੇ ਬਾਬਾ ਲਖਮੀ ਦਾਸ ਜੀ ਹੁੰਦਾ ਕੀ ਹੈ ਬਾਬਾ ਜੀ ਉਹਨਾਂ ਨੂੰ ਬਚਨ ਕਹਿੰਦੇ ਨਾ ਮੰਨਦੇ ਤਵਾਰੀਖ ਗਵਾਇਸ ਗੱਲ ਦੀ ਜਨਮ ਸਾਖੀ ਕਹਿੰਦੀ ਹੈ ਗੁਰਬਾਣੀ ਚ ਬਚਨ ਲਿਖਿਆ ਗੁਰੂ ਅਰਜਨ ਸਾਹਿਬ ਨੇ ਅਲਾਉ ਕੀਤਾ ਸੱਤਾ ਤੇ ਬਲਵੰਡ ਡੂਮ ਨੂੰ ਤੁਸੀਂ ਲਿਖੋ ਪੁੱਤਰੀ ਕੌਲ ਨਾ ਪਾਲਿਓ ਗੁਰੂ ਬਾਬਾ ਜੀ ਦੇ ਪੁੱਤਰ ਆਖੇ ਨਹੀਂ ਲੱਗੇ ਕੌਲ ਬਚਨ ਨਹੀਂ ਮੰਨਿਆ ਗੁਰੂ ਸਾਹਿਬ ਦਾ ਜਦੋਂ ਇਹ ਬਾਤ ਹੋਈ ਤਾਂ ਅਲਟੀਮੇਟਲੀ ਕੀ ਹੋਇਆ ਗੁਰੂ ਨਾਨਕ ਮਹਾਰਾਜ ਨੇ ਜਿਹੜੀ ਅਗਲੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੀ ਉਹ ਭਾਈ ਲੈਣਾ ਜਿਹਨੂੰ ਦੇ ਦਿੱਤੀ ਹੁਣ ਗੁਰਨਾਨਕ ਦੇ ਗੱਦੀ ਨਾਸ਼ੀਨ ਜਿਹੜੇ ਨੇ ਉਹਦੇ ਸ सक्सेसर ਜਿਹੜੇ ਨੇ ਉਹ ਭਾਈ ਲੈਣਾ ਜੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਹੋਏ ਠੀਕ ਹੈ ਜੀ ਆ ਸਾਡੇ ਗੁਰੂ ਮਾਤਾ ਮਤਲਬ ਸਾਡੇ ਉਸ ਰੂਪ ਵਿੱਚ ਗੁਰੂ ਮਹਾਰਾਜ ਦੇ ਆਪਣੇ ਮਹਿਲ ਮਾਤਾ ਸੁਲਖਣੀ ਜੀ ਉਹ ਡੈਫੀਨਿਟਲੀ ਚਿੰਤਾਤੁਰ ਨੇ ਮਾਂ ਆ ਮਾਂ ਦਾ ਹਿਰਦਾ ਬੱਚੇ ਵਾਸਤੇ ਹੁੰਦਾ ਉਹਨੇ ਪੁੱਛਿਆ ਗੁਰੂ ਬਾਬਾ ਜੀ ਨੂੰ ਗੁਰੂ ਨਾਨਕ ਮਹਾਰਾਜ ਨੇ ਆਪਣੇ ਗੁਰੂ ਸਵਾਮੀ ਨੂੰ ਪਤੀ ਸਵਾਮੀ ਨੂੰ ਕਿ ਇਹਨਾਂ ਬੱਚਿਆਂ ਦਾ ਕੀ ਹੋਏਗਾ ਮਹਾਰਾਜ ਕਹਿਣ ਲੱਗੇ ਬੱਚਿਆਂ ਦਾ ਕੀ ਹੋਏਗਾ ਕਹਿਣ ਲੱਗੇ ਹੁਰਤਾ ਗੱਦੀ ਤੇ ਪਾਈ ਲੈਣਾ ਜਿਹਨੂੰ ਦੇ ਦਿੱਤੀ ਇਹਦਾ ਮਤਲਬ ਇਹ ਸਾਰੀ ਧਰਮਸਾਲ ਆਰ ਮਕਾਨ ਜ਼ਮੀਨ ਜਾਇਦਾਦ ਸਭ ਬਾਬਾ ਜੀ ਹੱਸ ਫੇਤ ਹੱਸ ਕੇ ਕਹਿਣ ਲੱਗੇ ਇਹਨਾਂ ਦਾ ਕੀ ਹੋਏਗਾ ਕਹਿਣ ਲੱਗੇ ਤੁਸੀਂ ਜੀ ਸਾਰਾ ਕੁਝ ਤੇ ਆਪਣੇ ਸ਼ਾਗਿਰਦ ਨੂੰ ਦੇ ਦਿੱਤਾ ਬਾਬਾ ਜੀ ਕਹਿੰਦੇ ਨਾ ਉਹ ਗੁਰਤਾ ਗੱਦੀ ਦਾ ਅਜ ਮੈਂ ਮਾਲਕ ਬਣਿਆ ਕਿਉਂਕਿ ਉਹਦਾ ਧਾਰ ਉਹਦਾ ਉਹਦਾ ਹੱਕਦਾਰ ਹੈ ਉਹ ਤੇ ਫਿਰ ਇਹ ਕੀ ਕਰਨਗੇ ਬਾਬਾ ਜੀ ਕੀ ਕਰਨਗੇ ਜਮੀਨ ਜਾਇਦਾਦ ਸਭ ਸਾਂਭਣਗੇ ਮਾਸੂ ਰਖਣੀ ਜੀ ਕਹਿੰਦੇ ਕੀ ਹੈ ਬਾਬਾ ਜੀ ਕਹਿੰਦੇ ਹੱਦ ਹੋ ਗਈ ਕਿਉਂ ਇਹਨਾਂ ਨੂੰ ਜਾਣ ਦਾ ਹੱਕ ਕਿੰਨੇ ਹੋਇਆ ਹੈ ਇਹ ਵਿਚਾਰਾਂ ਦੀ ਸਾਂਝ ਨਹੀਂ ਗੁਰੂ ਮਹਾਰਾਜ ਦੀ ਆਪਣੇ ਬਾਬਾ ਕਾਲੂ ਜੀ ਗੁਰੂ ਨਾਨਕ ਮਹਾਰਾਜ ਤੋ ਖੋਜਦੇ ਨਹੀਂ ਬੋਤੇ ਕਿਉਂ ਕੁਝ ਹੋਰ ਚਾਹੁੰਦੇ ਬਾਬਾ ਜੀ ਨਹੀਂ ਨਹੀਂ ਆਖੇ ਲੱਗੇ ਉਹਨਾਂ ਦੇ ਮਹਾਰਾਜ ਕਹਿੰਦੇ ਇਹ ਨਹੀਂ ਇੱਥੇ ਨਾ ਹੋਂ ਹੈ ਨਾ ਮੋਹ ਹੈ ਜੇ ਮੋਹ ਹੁੰਦਾ ਤੇ ਜ਼ਿੰਮੇਵਾਰ ਉਹ ਉਸ ਲੈਵਲ ਦੇ ਰਿਸਪੌਂਸਿਬਿਲਟੀ ਹੈ ਨਹੀਂ ਹੈ ਉਹਨਾਂ ਚ ਐਬਿਲਿਟੀ ਹੈ ਨਹੀਂ ਹੈ ਡਸਨਟ ਮੈਟਰ ਉਹੀ ਗੁਰਤਾ ਗਦੀ ਦੇ ਦਿੱਤੀ ਜਾਂਦੀ ਪਰ ਜੇ ਹੋਂ ਹੁੰਦੀ ਅਹੰਕਾਰ ਵੀ ਮੇਰੀ ਗੱਲ ਨਹੀਂ ਮੰਨੇ ਫਿਰ ਬਾਬਾ ਜੀ ਕਹਿੰਦੇ ਵੀ ਜਿਵੇਂ ਆਮ ਕਰਕੇ ਹੁੰਦਾ ਵੀ ਇਸ ਨੂੰ ਹੁਣ ਟਕੇ ਟਕੇ ਤੋਂ ਮਹਤਾਜ ਕਰਨਾ ਆ ਨਾ ਬਲਕੇ ਪਈ ਲੈਣਾ ਜੀ ਨੂੰ ਗੁਰੂ ਅੰਗਦ ਦੇ ਰੂਪ ਜ਼ਿੰਮੇਵਾਰੀ ਦੇ ਕੇ ਹੁਕਮ ਦਿੱਤਾ ਤੁਸੀਂ ਜਾਓ ਫੇਰ ਵਸਾਇਆ ਫੇਰ ਵਾਣ ਸਤਗੁਰ ਖਡੂਰ ਗੁਰੂ ਅੰਗਸਬ ਖਡੂਰ ਸਾਹਿਬ ਆ ਗਏ ਉਸ ਤੋਂ ਬਾਅਦ ਇਹ ਸਾਡੇ ਸਾਹਮਣੇ ਬੜੀਆਂ ਵੱਡੀਆਂ ਗਵਾਹੀਆਂ ਨੇ ਸਾਡੇ ਸਾਹਮਣੇ ਬੜੇ ਵੱਡੇ ਉਪਦੇਸ਼ ਨੇ ਕਿਉਂਕਿ ਇਹ ਕਰਤਾਰੀ ਕੁਦਰਤ ਦੇ ਵਿੱਚ ਕੋਈ ਕਿਸੇ ਚੀਜ਼ ਨੂੰ ਔਣ ਨਹੀਂ ਕਰਦਾ ਜ਼ਿੰਮੇਵਾਰੀਆਂ ਮਿਲੀਆਂ ਨੇ ਸਭ ਨੂੰ ਉਸ ਰੂਪ ਦੇ ਵਿੱਚ ਨਭਾਓ ਨਾ ਅਸੂਲਾਂ ਤੇ ਖੜ ਕੇ ਨਭਾਓ ਇਹਦੇ ਵਿੱਚ ਜ਼ਮੀਰ ਤੇ ਬੋਝ ਨਹੀਂ ਪਏਗਾ ਜ਼ਿੰਦਗੀ ਜਿਆਦਾ ਬੋਝਲ ਤਾਂ ਹੋ ਗਈ ਕਿਉਂਕਿ ਹਰ ਚੀਜ਼ ਨੂੰ ਗ੍ਰਿਪ ਕਰਨਾ ਪਕੜਨਾ ਆਪਣੇ ਮੁਤਾਬਕ ਚਲਾਣਾ ਜਿਹੜਾ ਕੋ ਵਰਡਸ ਐਨ ਐਂਗਜ਼ਾਇਟੀ ਯੂਜ਼ ਕਰਦੇ ਹਨ ਬੀਤੇ ਕੱਲ ਵੀ ਥੋੜੀ ਬਾਤ ਹੋਈ ਸੀ ਇੱਥੋਂ ਨਿਕਲਦਾ ਹੈ ਵੀ ਮੈਂ ਆਪਣੇ ਕੰਟਰੋਲ ਚ ਸਾਰਾ ਕੁਝ ਰੱਖਣਾ ਹੈ ਕੰਟਰੋਲ ਟੁੱਟਦਾ ਹੈ ਆਈ ਫੀਲ ਐਂਕਸ਼ੀਅਸ ਮੇਰੇ ਹੱਥ ਪੈਰ ਕੰਬਦੇ ਮੈਨੂੰ ਐਨ ਐਂਗਜ਼ਾਇਟੀ ਹੁੰਦੀ ਵੀ ਇਹ ਕਿਉਂ ਨਹੀਂ ਇਹ ਕਿਵੇਂ ਹੋ ਰਿਹਾ ਹੈ ਸਭ ਬਿਆਨ ਕਰਦੇ ਜਿਸ ਕੀ ਤਿਸ ਕੀ ਕਰਮਾਨ ਮੰਨ ਕੇ ਚੱਲੇ ਕਰਤਾਰੀ ਕੁਦਰਤ ਦੀ ਖੇਡ ਆ ਇਹ ਸਭ ਉਹਦਾ ਬਣਿਆ ਬਣਾਇਆ ਸੰਸਾਰ ਆ ਮੈਂ ਇੱਕ ਰੋਲ ਪਲੇਅਰ ਆ ਇੱਥੇ ਆਪਨ ਲਾਹੇ ਗੁਮਾਨ ਮਨ ਦਾ ਗੁਮਾਨ ਲਾਦੇ ਹੰਕਾਰ ਲਾਦੇ ਛੱਡਦੇ ਇਸ ਚੀਜ਼ ਨੂੰ ਬਚਨ ਆਇਆ ਜਿਸ ਕਾ ਤੂੰ ਤਿਸ ਕਾ ਸਭ ਕੋਏ ਜਦੋਂ ਅਸੀਂ ਆਪਣੀ ਸੁਰਤ ਨੂੰ ਉਸ ਵੱਡੇ ਨਾਲ ਜੋੜਦੇ ਆਂਗੇ ਤੇ ਸਾਝ ਵੱਡੇ ਨਾਲ ਬਣ ਜਾਏਗੀ ਤੇ ਜਦੋਂ ਵੱਡੇ ਨਾਲ ਬਣ ਗਈ ਫਿਰ ਕਮੀ ਕੋਈ ਨਹੀਂ ਫਿਰ ਖਾਮੀ ਕੋਈ ਨਹੀਂ ਫਿਰ ertid ਦੇ ਉੱਤੇ ਹਰ ਤਰ੍ਹਾਂ ਦਾ ਖਜ਼ਾਨਾ ਤੁਹਾਡੇ ਆ ਕਹਿ ਲੋ ਆ ਕੇ ਤੁਹਾਨੂੰ ਨਮਸਕਾਰ ਕਰਨ ਲਈ ਤਿਆਰ ਹੋ ਜਾਏਗਾ ਤੇ ਇਹ ਚੀਜ਼ਾਂ ਰਹੀਆਂ ਅਸੀਂ ਬੜੇ ਥੋੜੇ ਜਿਹੀ ਪੀਰੀਅਡ ਵਿੱਚ ਬਹੁਤ ਸਬ ਚੀਜ਼ਾਂ ਦੇਖ ਚੁੱਕੇ ਹਾਂ ਜਿਵੇਂ ਸਿੱਖੀ ਆਸ਼ੇ ਚ ਬਾਤ ਕਰੀਏ ਆਪ ਜੀ 18th ਸੈਂਚਰੀ ਦਾ 18ਵੀਂ ਸਦੀ ਦਾ ਜਿਹੜਾ ਇਤਿਹਾਸ ਪੜ੍ਹਦੇ ਹੋ ਤੇ ਕਿਤੇ ਜ਼ਰੂਰ ਦੂਰੋਂ ਵੀ ਇੱਕ ਮਾੜਾ ਜਿਹਾ ਸੁਨੇਹਾ ਵੀ ਮਿਲ ਗਿਆ ਵੀ ਇਹ ਸਿੱਖ ਆ ਸਿੱਖਾਂ ਨਾਲ ਸਾਂਝਿਆ ਉਹਦੀ ਤੇ ਜਾਨ ਲੈ ਲਈ ਜਾਂਦੀ ਸੀ ਉਹਨਾਂ ਨੂੰ ਰੋਜ਼ਗਾਰ ਕਿੱਥੋਂ ਦੇਣਾ ਸੀ ਕਿਸੇ ਨੇ ਉਹਨਾਂ ਨੂੰ ਉਹਨਾਂ ਨੇ ਸਰਵਾਈਵ ਕਿਵੇਂ ਕਰਨਾ ਸੀਗਾ ਉਹਨਾਂ ਕੋਲ ਤਾਂ ਕੁਝ ਵੀ ਨਹੀਂ ਸੀਗਾ ਪਰ ਸੱਚ ਇਹ ਹੈ ਵਕਤ ਆਪਣੀ ਜਾਂਚੇ ਜਦੋਂ ਗੁਜ਼ਰਦਾ ਗਿਆ ਉਹ ਦਿਨ-ਪ੍ਰਤੀ ਦਿਨ ਸਿੱਖ ਰਜੀਮ ਤਾਕਤਵਰ ਹੁੰਦਾ ਗਿਆ ਪਾਵਰਫੁਲ ਹੁੰਦਾ ਗਿਆ ਏਡੇ-ਏਡੇ ਵੱਡੀਆਂ एंपਾਇਰਸ ਦੇ ਸਾਹਮਣੇ ਅਬਦਾਲੀ ਵਰਗੇ ਲੋਕ ਉੱਥੇ ਮਤਲਬ ਤੇ ਫਿਰ ਇੱਕ ਤੋਂ ਬਾਅਦ ਜ਼ਾਲਮ ਤੋਂ ਜ਼ਾਲਮ ਸਰਕਾਰਾਂ ਦੇ ਸਾਹਮਣੇ ਉੱਠਦੇ ਗਏ ਉਹ ਆਖਰਕਾਰ ਉਹ ਦੌਰ ਆਇਆ ਜਦੋਂ ਸ਼ਾਹਜਹਾਨ ਵਰਗਿਆਂ ਨੂੰ ਇੱਕ ਮੁੱਛ ਫੁੱਟ ਗੱਭਰੂ ਨੇ ਜਿਹਦਾ ਨਾਂ ਰਣਜੀਤ ਸਿੰਘ ਸੀਗਾ ਉਹਨੇ ਮਤਲਬ ਪੰਜਾਬ ਦੇ ਮੈਦਾਨ ਦੇ ਵਿੱਚ ਉਹ ਮਿੱਟੀ ਚਖਾਈ ਉਸ ਨੂੰ ਉਸ ਨੂੰ ਹਰਾਇਆ ਕਿ ਉਹ ਮੁੜ ਕੇ ਪਿੱਛੇ ਮੁੜ ਕੇ ਨਹੀਂ ਵੇਖ ਸਕਿਆ ਤੋਪਾਂ ਡਿੱਗੀਆਂ ਉਹਦੇ ਕੋਲੋਂ ਦਰਿਆ ਚਨਾਅ ਦੇ ਵਿੱਚ ਉਹ ਵੀ ਨਾ ਕੱਢ ਕੇ ਲਗਿਆ ਉਹ ਮੁੜ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪ ਬੰਦੇ ਵਲਾਇਕ ਕਢਵਾਈ ਤੇ ਕਢਵਾ ਕੇ ਵਾਪਸ ਭਜਵਾਈ ਤੇ ਤੇਰਾ ਸਮਾਨ ਰਹਿ ਗਿਆ ਸੀਗਾ ਮਤਲਬ ਇਸ ਤੋਂ ਵੱਡੀ ਅਫਗਾਨਾਂ ਦੀ ਕਹ ਲੋ ਕਿ ਜਲਾਲਤ ਨਹੀਂ ਸੀ ਹੋ ਸਕਦੀ ਵੀ ਉਹ ਕਹਿੰਦੇ ਕਿ ਅਸੀਂ ਐਡੇ ਵੱਡੇ ਸੂਰਮੇ ਇਤਿਹਾਸ ਇਹ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਗਵਾਹੀ ਹੈ ਤੋਪਾਂ ਲੱਭੀਆਂ ਤੋਪਾਂ ਕੱਢ ਕੇ ਕਹਿਣ ਲੱਗੇ ਵੀ ਮਤੇ ਇਹ ਨਾ ਸੋਚੇ ਮੇਰਾ ਡਿੱਗਿਆ ਸਮਾਨ ਉਹਨਾਂ ਨੇ ਯੂਜ਼ ਕਰ ਲਿਆ ਸਾਨੂੰ ਇਹਦੀ ਲੋੜ ਨਹੀਂ ਆ ਬਲਕਿ ਉਹਨੂੰ ਦੱਸੋ ਵੀ ਆ ਦੇਖ ਅਸੀਂ ਲਟੇਰੇ ਨਹੀਂ ਤੁਸੀਂ ਉਹ ਲਟੇਰੇ ਅਸੀਂ ਤਾਂ ਧਰਤੀ ਦੇ ਵਾਰਸਾਂ ਆਪਣੀ ਦੇ ਪਰ ਇਹ ਇੱਥੇ ਨਾਲ ਹੀ ਬਾਤ ਹੋਈ ਸਾਨੂੰ ਵਿੱਚ ਸੋਰਸਸ ਨੂੰ ਪੜ੍ਹੀ ਉਹਨਾਂ ਦੀ ਇੰਟਰਪ੍ਰੀਟੇਸ਼ਨ ਜੋ ਚੀਜ਼ਾਂ ਮਿਲਦੀਆਂ ਜਦੋਂ ਅਫਗਾਨਾ 'ਚ ਬਾਤ ਹੋਈ ਪੀ ਸਿੱਖਾਂ ਦਾ ਇੱਕ ਛੋਟਾ ਜਿਹਾ ਰਜੀਮ ਬੜੀ ਛੋਟੀ ਜੀ ਜਿਹਨੂੰ ਸੌਰੀ ਫਾਰ ਦਿਸ ਵਰਡ ਨਿਗੁਣੀ ਜੀ ਗਿਣਤੀ ਜਿਹਨੂੰ ਕਹਿੰਦੇ ਸੀਗੇ ਉਹ ਉਹ ਰਾਜ ਭਾਗ ਦੀ ਮਾਲਕ ਬਣਨ ਲੱਗੀ ਉੱਥੇ ਉਹ ਰਜੀਮ ਪਾਵਰ ਚ ਆ ਰਿਹਾ ਤੇ ਉਹਨਾਂ ਦੀਆਂ ਕੁਝ ਇੰਟੈਲੀਜੈਂਸ ਰਿਪੋਰਟਸ ਨੇ ਉਹਨਾਂ ਨੂੰ ਇਹ ਦੱਸਿਆ ਵੀ ਗੱਲ ਇਹ ਆ ਪਾਵਰ ਜਰੂਰ ਆ ਰਿਹਾ ਪਰ ਉਹਨਾਂ ਤੋਂ ਸੰਭਲਣਾ ਕੁਝ ਨਹੀਂਗਾ ਕਿਉਂਕਿ ਜਿਹੜਾ ਨਵਾਂ ਹੁਕਮਰਾਨ ਨਾ ਬਣਾ ਕੇ ਬਿਠਾਇਆ ਉੱਥੇ ਉਹਨੂੰ ਤਾਂ ਸਮਝ ਹੀ ਕੁਝ ਨਹੀਂ ਰਾਜ ਭਾਗ ਦੀ ਉਹ ਕਹਿੰਦਾ ਲੋਕਾਂ ਤੋਂ ਮਾਮਲਾ ੱੱੱਕੇ ਨਾਲ ਨਹੀਂ ਲੈਣਾ ਟੈਕਸ ਨੂੰ ਬਹੁਤ ਮਿਨੀਮਾਈਜ਼ ਕਰਤਾ ਉਸਨੇ ਰੈਵਨਿਊ ਵਾਸਤੇ ਫੋਰਸ ਯੂਜ਼ ਕਰਨੀ ਘਟਵਾ ਦਿੱਤੀ ਦਸੋ ਲੋਕੀ ਕੋਈ ਟੈਕਸ ਦੇਂਦੇ ਨੇ ਰੈਵਨਿਊ ਐਵੇਂ ਕੋਈ ਲੋਕ ਦੇਣਗੇ ਜੇ ਗਵਰਨਮੈਂਟਸ ਕੋਲ ਰੈਵਨਿਊ ਨਹੀਂ ਹੋਏਗਾ ਗਵਰਨਮੈਂਟਸ ਕਿਵੇਂ ਚੱਲਣ ਗਿਆ ਕਿੱਥੋਂ ਫੌਜਾਂ ਬਣਨਗੀਆਂ ਕਿੱਥੋਂ ਸਾਜੋ ਸਮਾਨ ਕੁਝ ਵੀ ਨਹੀਂ ਬੰਨਣਾ ਸਭ ਕੁਝ ਆਪਣੇ ਆਪ ਹੀ ਖਤਮ ਹੋ ਜਾਣਾ ਲੈਟ them rule afterward they gonna actually big time fail and then will ਅਗੇਨ ਕਾਂਕਰਡ ਦਾ ਹੋਲ ਏਰੀਆ ਤੇ ਸਾਰੀ ਬਾਤ ਹੋਈ ਅਲਟੀਮੇਟਲੀ ਦੌਰ ਕੀ ਹੋਇਆ ਦੌਰੇ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਰਬਾਰ ਸਾਹਿਬ ਤੇ ਸੋਨੇ ਦੇ ਪੱਤਰੇ ਚੜ ਗਏ ਪ੍ਰੋਸਪਰਿਟੀ ਦਾ ਉਹ ਲੈਵਲ ਜਿਸ ਨੂੰ ਕੋਈ ਦੇਖ ਵੀ ਨਹੀਂ ਸਕਦਾ ਜਿਸ ਨੂੰ ਕਦੀ ਸੋਚਿਆ ਵੀ ਨਹੀਂ ਸੀ ਕਿਸੇ ਨੇ ਉਹ ਲੋਕਾਂ ਨੇ ਹੰਡਾਇਆ ਉਸ ਸਮੇਂ ਦੇ ਵਿੱਚ ਇਹ ਜਿਹੜੀ ਮੌਲਿਕ ਰੂਪ ਵਿੱਚ ਗੱਲ ਆ ਬੰਦਾ ਬਹੁਤ ਲੁੱਟ ਖਸੁੱਟ ਕਰੇ ਬੜਾ ਲਾਲਚ ਸਵਾਰਥ ਹਵਸ ਇਹਦੇ ਮਗਰ ਭੱਜੇ ਇਹਦੇ ਨਾਲ ਨਹੀਂ ਕਰਤਾਰੀ ਕੁਦਰਤ ਤੇ ਭਰੋਸਾ ਰੱਖ ਕੇ ਆਪਣਾ ਰੋਲ ਪਲੇ ਕਰੋ ਕੁਦਰਤ ਨਵਾਜਣ ਵਾਲੀ ਆ ਉਹ ਬੇਅੰਤ ਆ ਬਹੁਤ ਕੁਝ ਬਖਸ਼ਦੀ ਹੈ ਇਹੀ ਵਿਸ਼ਵਾਸ ਆ ਸਿੱਖੀ ਦਾ ਬਚਨ ਇਥੇ ਆਇਆ ਜਿਸ ਕਾ ਤੂੰ ਤਿਸ ਕਾ ਸਭ ਕੋਏ ਤਿਸੈ ਆਰਾਧ ਸਦਾ ਸੁਖ ਹੋਏ ਅੱਖਾਂ ਚੋਂ ਪਾ ਕੇ ਰੱਖੀ ਵਿਸ਼ਵਾਸ ਉਹਦੇ ਤੇ ਰੱਖੀ ਅਦਰਵਾਇਜ਼ ਜੀਓ ਦਿੱਤ ਵਿਸ਼ਵਾਸ ਨਹੀਂ ਕਰੇਗਾ ਫਿਰ ਵਿਸ਼ਵਾਸ ਕਿਤੇ ਕਰੇਗਾ ਚਲਾਕੀ ਤੇ ਚੋਰੀ ਤੇ ਮਕਾਰੀ ਤੇ ਇਹਨਾਂ ਚੀਜ਼ਾਂ ਤੇ ਬੰਦਾ ਚੋਰ ਰੱਬ ਵੱਲੋਂ ਬਣਦਾ ਤੇ ਫਿਰ ਹੌਲੀ-ਹੌਲੀ ਸੰਸਾਰ ਦੇ ਹਰ ਲੈਵਲ ਤੇ ਬਣਦਾ ਲਗਾ ਜਾਂਦਾ ਬਾਬਾ ਜੀ ਕਹਿੰਦੇ ਕਿਉਂਕਿ ਮੇਰ ਮੇਰ ਜਿਹੜੀ ਬਹੁਤ ਪਕੜਿਆ ਇਹ ਬੰਦੇ ਨੂੰ ਬਹੁਤ ਨਿਗੂਣਾ ਨੀਵਾ ਕਰ ਦਿੰਦੀ ਅਗਲਾ ਬਚਨ ਲਿਖਿਆ ਜੋ ਜੋ ਕਰੈ ਸੋਈ ਮਾਨ ਲੇ ਹੁਕਮ ਰਜ਼ਾਈ ਦੇ ਕਨਸੈਪਟ 'ਚ ਰਹਿਣਾ ਜ਼ਰੂਰੀ ਨਹੀਂ ਹਰ ਚੀਜ਼ ਨੂੰ ਅਸੀਂ ਆਪਣੇ ਸੋਚ ਤਰੀਕੇ ਨਾਲ ਹੀ ਸਹੀ ਚਲਾ ਸਕਦੇ ਆ ਸਹੀ ਕਰ ਸਕਦੇ ਆ ਅਸੀਂ ਉਸ ਫਲੋ ਦੇ ਵਿੱਚ ਆਪਣੇ ਰੋਲ ਨੂੰ ਪਛਾਨਣੀ ਆ ਫਿਰ ਬੇਨਤੀ ਕਰ ਰਿਹਾ ਉਹਦੇ ਵਿੱਚ ਪਲੇ ਕਰੀਏ ਬਿਨ ਮੰਨੇ ਰਲ ਹੋਵੇਂ ਖੇ ਜਿਹੜੇ ਇਸ ਚੀਜ਼ ਨੂੰ ਨਹੀਂ ਮੰਨਦੇ ਆਖਰ ਜ਼ੋਰ ਲਾ ਲਾ ਕੇ ਵੀ ਖੇ ਹੋ ਜਾਂਦੇ ਮਿੱਟੀ 'ਚ ਰਲ ਜਾਂਦੇ ਇਸ ਲਈ ਬਹੁਤ ਜ਼ਿਆਦਾ ਚਿੰਤਾਵਾਂ ਫਿਕਰਮੰਦਗੀਆਂ ਤੇ ਪਰੇਸ਼ਾਨੀਆਂ ਤੋਂ ਬਾਹਰ ਆ ਕੇ ਕਰਤਾਰੀ ਹੁਕਮ ਦੇ ਉਹਦੇ ਵਜਾਵਣ ਵਾਲੇ ਬਣ ਜਾਣਾ ਿਸ ਕਾ ਪਾਣਾ ਲੱਗੈ ਮਿੱਠਾ ਇਸ ਨੂੰ ਸਾਬ ਨੇ ਕਿਹਾ ਉਹਦੇ ਪਾਣੇ ਨੂੰ ਮਿੱਠਾ ਕਰਕੇ ਮੰਨਣਾ ਗੁਰਪ੍ਰਸਾਦ ਵਿਰਲੇ ਮਨ ਵੁਠਾ ਪਰ ਗੁਰੂ ਦੀ ਕਿਰਪਾ ਨਾਲ ਮਿਰਲਿਆਂ ਦੇ ਮਨ ਚ ਇਹ ਚੀਜ਼ ਵੁਠਦੀ ਹੈ ਚਾਨਣ ਆਉਂਦੀ ਹੈ ਕਿ ਆਪਾਂ ਉਹਦੇ ਹੁਕਮ ਦੇ ਧਾਰਨੀ ਹੋਣਾ ਹੁਕਮ ਨੂੰ ਪਾਲਣ ਵਾਲੇ ਹੋਣਾ ਵੇ ਪ੍ਰਵਾਹ ਅਗੋਚਰ ਆਪ ਬਾਕੀ ਉਹ ਬੇਅੰਤ ਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਇੱਥੇ ਵੱਡੇ ਵੱਡੇ ਕੰਸ ਰਾਵਣ ਉਹੋ ਜੇ ਹੋ ਕੇ ਵੀ ਤੁਰ ਗਏ ਜੇ ਆਪਾਂ ਵਰਲਡ ਵਾਈਡ ਦੇਖੀਏ ਤੇ ਕੀ ਹਯਾਕੂ ਤੇ ਕੀ ਜੰਗੇਜ ਤੇ ਕੀ ਹਿਟਲਰ ਤੇ ਇਹ ਵੀ ਸਚਾਈ ਹੈ ਕਿ ਕਰਤਾਰੀ ਕੁਦਰਤ ਦੀ ਖੇਡ ਦੇ ਵਿੱਚ ਉਹਨਾਂ ਨੂੰ ਜਿਹੋ ਜੇ ਨਾਮ ਨੇ ਮਿਲੇ ਉਹ ਵੀ ਸਾਡੇ ਸਾਹਮਣੇ ਆ। ਬਾਬਾ ਜੀ ਕਹਿੰਦੇ ਤੂੰ ਵੀ ਟਰਾਈ ਕਰ ਸਕਦਾ ਹੈ ਹਰਨਾਕਸ਼ ਬਣਨ ਦੀ ਪਰ ਉਸ ਨੂੰ ਕੋਈ ਫਰਕ ਨਹੀਂ ਪੈਣਾ। ਹਾਂ ਆਖਰਕਾਰ ਆਪਣੇ ਉਸ ਥੋੜੇ ਜੇ ਸਮੇਂ ਨੂੰ ਜੋ ਉਹਨੇ ਉਹਨੇ ਕੁਦੀ ਕੁਦਰਤ ਦੇ ਹੁਕਮ ਨੇ ਰੋਲ ਬਖਸ਼ਿਆ ਉਹਨੂੰ ਲਾਂਚਣ ਲਵਾ ਕੇ ਜਾਏਗਾ। ਪਰਿਪੂਰਨ ਨੂੰ ਇਹਦੇ ਨਾਲ ਕੋਈ ਪਰਵਾਹ ਨਹੀਂਗੀ ਕਿ ਤੂੰ ਉਸ ਹੁਕਮ ਨੂੰ ਮੰਨੇ ਜਾਂ ਨਾ ਮੰਨੇ ਪਰ ਜੇ ਮੰਨ ਲਏਗਾ ਇਹ ਜੀਵਨ ਸੁਖਾਲਾ ਤੇ ਸ਼ੋਭਨੇਕ ਹੋਏਗਾ ਉਹਦੀ ਬਾਤ ਕੀਤੀ ਗੁਰੂ ਸਾਹਿਬ ਨੇ ਵੇ ਪਰਵਾਹ ਅਗੋਚਰ ਆਪ ਆਠ ਪੈਰ ਮਨਕਕ ਮਨ ਤਾਂ ਕੋ ਜਾਪ ਅਠੋ ਪਹਿਰ ਮਨਾ ਉਹਦਾ ਜਾਪ ਕਰ ਜਿਸ ਚਿਤ ਆਏ ਬਿਨ ਸਹਿ ਦੁਖਾ ਜਿਸ ਨੂੰ ਇਹਦਾ ਅਹਿਸਾਸ ਰਹੇ ਉਹਦੇ ਜੀਵਨ ਦੇ ਚ ਦੁਖਾਂ ਦਾ ਸੰਤਾਪ ਘਟ ਜਾਂਦਾ ਆ ਹਲਤ ਪਲਤ ਤੇਰਾ ਉਜਲ ਮੁਖਾ ਲੋਕ ਪਰਲੋਕ ਦਾ ਮੁਖ ਉਜਲਾ ਹੁੰਦਾ ਕੌਣ ਕੌਣ ਉਧਰੇ ਗੁਣ ਗਾਏ ਕਿਦਾਂ ਕਿਦਾਂ ਉਧਾਰ ਹੋਇਆ ਰੱਬੀ ਗੁਣਗਾਨ ਕਰਨ ਦੇ ਨਾਲ ਇਸ ਵਡਿਆਈ ਇਸ ਸਿੱਖਿਆ ਨਾਲ ਜੁੜਨ ਦੇ ਨਾਲ ਗਣਨ ਨਾ ਜਾਈ ਕੀਮ ਨਾ ਪਾਏ ਗਿਣਤੀ ਨਹੀਂ ਹੋ ਸਕਦੀ ਨਾ ਕੋਈ ਉਹ ਵੈਲਿਊਏਟ ਕਰ ਸਕਦਾ ਬੂਢਤ ਲੋਹ ਸਾਜ ਸੰਗਤਰੈ ਮਨੁੱਖੀ ਮਨ ਲੋਹ ਦੇ ਨਮਿੰਦਿਆ ਲੋਹਤਾਤ ਡਾਡੀ ਹੈ ਜਿਹੜੀਆਂ ਗੱਲਾਂ ਕੀਤੀਆਂ ਨੇ ਇਹ ਹਿਊਮਨੈਸ ਕ੍ਰੀਏਟ ਕਰਦੀਆਂ ਨੇ ਸਾਡੇ ਅੰਦਰ ਪਰ ਹਿਊਮਨੈਸ ਵਾਸਤੇ ਕੰਪੈਸ਼ਨ ਚਾਹੀਦਾ ਹੈ ਕਟਸੀ ਚਾਹੀਦੀ ਹੈ ਵਿਜ਼ਡਮ ਚਾਹੀਦੀ ਹੈ ਇਹ ਸਾਰੇ ਗੁਣ ਬੜੇ ਕਮਸਿੰਨ ਤੇ ਬੜੇ ਕੋਮਲਤਾ ਨਾਲ ਭਰੇ ਹੋਏ ਨੇ ਪਰ ਮਨੁੱਖੀ ਮਨ ਬੜੀ ਰਿਜਿਡ ਆ ਬੜਾ ਡਾਡਾ ਪੱਥਰ ਦੀ ਨਮਿੰਦਿਆ ਪਰ ਬਾਬਾ ਜੀ ਕਹਿੰਦੇ ਸਤ ਸੰਗਤ ਲਗਾਤਾਰ ਕਰੇਗਾ ਇਹੋ ਜੇ ਵਿਚਾਰਾਂ ਨੂੰ ਲਗਾਤਾਰ ਪਰਸੀਵ ਕਰੇਗਾ ਉਹ ਲੋਹ ਵੀ ਪੱਥਰ ਵੀ ਜਿਹੜਾ ਹੈ ਉਹਦੇ ਵਿੱਚ ਵੀ ਵਿਚਾਰ ਚੰਗੇ ਸਮਾ ਜਾਣਗੇ ਬਚਨ ਆਇਆ ਬੂਡਤ ਲੋ ਸਾਧ ਸੰਗਤ ਰਹਿ ਨਾਨਕ ਜਿਸੈ ਪ੍ਰਾਪਤ ਕਰੈ ਹੈ ਨਾਨਕ ਪਰ ਫਿਰ ਉਹਦਾ ਤਰਸਿਆ ਜਿਨੂੰ ਉਹ ਇਹ ਚੀਜ਼ ਬਖਸ਼ੇ ਜਿਨੂੰ ਉਹ ਇਹ ਚੀਜ਼ ਆਪ ਪ੍ਰਾਪਤ ਕਰਵਾਏ ਸਾਬ ਰਹਿਮਤ ਕਰਨ ਤੇ ਨਾਲੀ ਅਲਮੀ ਅਲਾਹੀ ਅਗੰਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ ਇਹਦੇ ਲਈ ਦੁਆਰ ਅਰਦਾਸਿਆ ਇਨੀਆਂ ਕ ਬੰਦੀਆਂ ਨਾਲ ਖਿਮਾ ਪੁੱਲਾਂ ਗਲਤੀਆਂ ਨਾਲ ਸਾਰੇ ਹੋ ਜੇ ਇੱਥੇ ਸਮਾਪਨ ਕਰਦੇ ਹਾਂ ਆਵਾਜ਼ ਦੇ ਕੇ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ